ਹਰਿਦੁਆਰ ਤੋਂ ਅਸਥੀਆਂ ਪ੍ਰਵਾਹਿਤ ਕਰਕੇ ਆ ਰਹੇ ਇੱਕ ਪਰਿਵਾਰ ਦੇ ਨਾਲ ਜ਼ਬਰਦਸਤ ਭਿਆਨਕ ਸੜਕ ਹਾਦਸਾ ਵਾਪਰਿਆ। ਦੱਸ ਦਈਏ ਕਿ ਇੱਕ ਟੈਂਪੂ ਟਰੈਵਲਰ ਨੇ ਇੱਕ ਅੱਗੇ ਜਾ ਰਹੀ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੀ ਜੋ ਹੈ ਉਹ ਦੂਸਰੇ ਪਾਰ ਜਾ ਕੇ ਸੜਕ ਦੇ ਵਿਚਕਾਰ ਹੀ ਪਲਟ ਜਾਂਦੀ ਹੈ, ਜਿਸ ਦੇ ਕਾਰਨ ਆਵਾਜਾਈ ਸਾਰੀ ਰੁਕ ਜਾਂਦੀ ਹੈ। ਅਤੇ ਦੂਜੇ ਪਾਸੇ ਟੈਂਪੂ ਟਰੈਵਲਰ ਬੇਕਾਬੂ ਹੁੰਦਾ ਹੋਇਆ ਡਿਵਾਈਡਰ 'ਤੇ ਚੜ੍ਹਦਾ ਹੈ ਅਤੇ ਸਿੱਧਾ ਹੀ ਜਾ ਕੇ ਇੱਕ ਬਿਜਲੀ ਦੇ ਖੰਭੇ ਨੂੰ ਟੱਕਰ ਮਾਰ ਦਿੰਦਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ 12 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਜਾਣਕਾਰੀ ਅਨੁਸਾਰ ਇੱਕ ਪਰਿਵਾਰ ਹਰਿਦੁਆਰ ਤੋਂ ਅਸਥੀਆਂ ਪ੍ਰਵਾਹਿਤ ਕਰਕੇ ਆ ਰਿਹਾ ਸੀ ਅਤੇ ਜਿਵੇਂ ਹੀ ਲੁਧਿਆਣਾ ਦੇ ਕੋਲ ਪਹੁੰਚੇ ਤਾਂ ਉੱਥੇ ਇੱਕ ਅੱਗੇ ਜਾ ਰਹੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਦੇ ਵਿੱਚ ਕਾਰਨ ਇਹ ਦੱਸਿਆ ਜਾ ਰਿਹਾ ਕਿ ਜੋ ਟੈਂਪੂ ਟਰੈਵਲਰ ਦਾ ਚਾਲਕ ਸੀ ਉਸਦੀ ਅਚਾਨਕ ਹੀ ਅੱਖ ਲੱਗ ਗਈ, ਪਰ ਉਸ ਚਾਲਕ ਦਾ ਕਹਿਣਾ ਹੈ ਕਿ ਹਨੇਰੇ ਦੇ ਵਿੱਚ ਜੋ ਟਰਾਲੀ ਸੀ ਉਹ ਸੜਕ ਦੇ ਵਿਚਕਾਰ ਖੜੀ ਸੀ, ਜਿਸ ਦੇ ਕਾਰਨ ਉਸਨੂੰ ਦਿਖਾਈ ਨਹੀਂ ਦਿੱਤੀ, ਨਾ ਹੀ ਕੋਈ ਰਿਫਲੈਕਟਰ ਜੋ ਹੈ ਉਸ ਟਰਾਲੀ ਦੇ ਮਗਰਲੇ ਪਾਸੇ ਲੱਗਿਆ ਹੋਇਆ ਸੀ, ਜਿਸ ਦੇ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਾਦਸੇ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟਰੈਕਟਰ ਟਰਾਲੀ ਜੋ ਹੈ ਉਹ ਸੜਕ ਦੇ ਵਿਚਕਾਰ ਪਲਟੀ ਹੋਈ ਹੈ ਤੇ ਦੂਜੇ ਪਾਸੇ ਜੋ ਟੈਂਪੂ ਟਰੈਵਲਰ ਹੈ ਉਸਨੇ ਟੱਕਰ ਜੋ ਹੈ ਇੱਕ ਬਿਜਲੀ ਦੇ ਖੰਭੇ ਨੂੰ ਮਾਰ ਦਿੱਤੀ। ਹਾਲਾਂਕਿ ਬਿਜਲੀ ਦਾ ਖੰਭਾ ਵੀ ਟੇਢਾ ਹੋ ਗਿਆ, ਪਰ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪਰ 12 ਦੇ ਕਰੀਬ ਲੋਕ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਕੁੱਲ 16 ਲੋਕ ਇਸ ਟੈਂਪੂ ਟਰੈਵਲਰ ਦੇ ਵਿੱਚ ਸਵਾਰ ਦੱਸੇ ਜਾ ਰਹੇ ਸੀ, ਜੋ ਕਿ ਅਸਥੀਆਂ ਪ੍ਰਵਾਹ ਕਰਕੇ ਹਰਿਦੁਆਰ ਤੋਂ ਵਾਪਸੀ ਆਪਣੇ ਘਰ ਦੀ ਕਰ ਰਹੇ ਸੀ। ਆਪਣੀ ਸਾਈਡ ਤੇ ਆਉਂਦਾ ਸੀਗਾ ਤੇ ਉਹ ਡਰਾਈਵਰ ਦੀ ਪਿੱਛੇ ਉਹਦੇ ਵਿੱਚ ਸਵਾਰੀਆਂ ਦੱਸਦੀਆਂ, ਉਹਨੇ ਆਪੇ ਦੱਸਿਆ ਕਿ ਉਹਦੀ ਅੱਖ ਲੱਗ ਗਈ, ਨੀਂਦ ਆਉਂਦੀ ਸੀਗੀ, ਉਹਨੇ ਲਿਆ ਕੇ ਪਿੱਛੇ ਦੀ ਮਾਰਿਆ ਜੀ। ਬਸ ਉਸ ਤੋਂ ਬਾਅਦ 'ਚ ਨਹੀਂ ਪਤਾ ਲੱਗਿਆ ਟਰੈਕਟਰ ਇਸ ਪਾਸੇ ਟਪਾ ਦਿੱਤਾ ਜੀ। ਤੁਸੀਂ ਉਰੇ ਉਹਦੀ ਜਾਣਾ ਕਿੱਥੇ ਸੀਗਾ? ਮੈਂ ਬਲਾਜੋਰ ਜਾਣਾ ਸੀ। ਬਲਾਜੋਰ ਜਾਣਾ ਸੀ? ਹਾਂਜੀ। ਤੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਅੱਗੇ ਹਿੱਟ ਕੀਤਾ ਉਹ ਕਿੰਨੇ ਕੁ ਬੰਦੇ ਜ਼ਖਮੀ ਹੋਏ ਹੋਣੇ ਆ? ਉਹ ਨਹੀਂ ਮੈਂ ਦੇਖਿਆ ਜੀ, ਮੈਂ ਇੱਧਰ ਹੀ ਸੀਗਾ। ਸਾਰਿਆਂ ਦਾ ਲੱਗਿਆ ਤੁਸੀਂ? ਤਕਰੀਬਨ ਸਾਰਿਆਂ ਦਾ ਹੀ ਲੱਗਿਆ। ਤੁਸੀਂ ਕਿੰਨੇ ਬੰਦੇ ਸੀਗੇ? ਇਕੱਲਾ ਹੀ ਸੀਗਾ। ਇਕੱਲੇ ਹੀ ਸੀਗੇ? ਹਾਂਜੀ। ਉਰੇ ਕਿਹੜੀ ਜਗ੍ਹਾ ਲੱਕੜਾਂ ਲਾ ਕੇ ਆ ਰਹੇ ਸੀ? ਲੁਧਿਆਣੇ ਖਾਸ ਸ਼ਹਿਰ। ਇੱਕ ਲੱਖ ਤਾਂ ਸਾਨੂੰ ਵੀ ਨਹੀਂ ਪਤਾ ਲੱਗਿਆ ਵੀਰ ਜੀ। ਬਸ ਮੰਜੂ ਆਸ ਮੇਰਾ ਨਾਮ। ਕਿੱਥੋਂ ਆ ਰਹੇ ਸੀ ਤੇ ਕਿੱਧਰ ਜਾ ਰਹੇ ਸੀ? ਅਸੀਂ ਹਰਿਦੁਆਰ ਤੋਂ ਆ ਰਹੇ ਸੀਗੇ। ਹਾਂਜੀ। ਤੇ ਇੱਧਰ ਹੁਸ਼ਿਆਰਪੁਰ ਜਾ ਰਹੇ ਸੀ ਵਾਪਸ। ਹੁਸ਼ਿਆਰਪੁਰ ਜਾ ਰਹੇ ਸੀ? ਕੀ ਹੁਸ਼ਿਆਰਪੁਰ ਕੰਦੇ ਫੁੱਲ ਫੁੱਲ ਵਗੈਰਾ? ਹਾਂਜੀ, ਫੁੱਲ ਪਾਣ ਗਏ ਸੀ ਹਰਿਦੁਆਰ, ਇਹ ਕਮਲਾ ਦੇਵੀ ਦੇ ਨਾਮ ਤੇ। ਅੱਛਾ ਜੀ। ਹਾਂਜੀ, ਉਹਨਾਂ ਦੇ ਪਾ ਕੇ ਅਸੀਂ ਵਾਪਸ ਆ ਰਹੇ। ਇਹ ਜਲੰਧਰ ਬਾਈਪਾਸ ਕੋਲ ਜਿਹੜਾ ਸੀ ਉਹ ਟਰਾਲੀ ਆ ਰਹੀ ਸੀਗੀ, ਟਰਾਲੀ ਪਿੱਛੇ ਲੱਗੀ, ਟੈਂਪੂ ਟਰੈਵਲ ਸਾਡਾ ਉਹਦੇ ਤੇ ਚੜ ਗਿਆ ਫੁੱਟਪਾਥ ਤੇ। ਕਿੰਨੇ ਕੁ ਬੰਦੇ ਜ਼ਖਮੀ ਹੋਏ? 12-13 ਜਣੇ ਹੈਗੇ ਸੀਗੇ ਉਹਦੇ ਵਿੱਚ, ਤੇ ਸਾਰਿਆਂ ਦੇ ਸੱਟਾਂ ਲੱਗੀਆਂ ਥੋੜ੍ਹੀਆਂ ਥੋੜ੍ਹੀਆਂ, ਪਰ ਇੱਕ ਦੇ ਤਾਂ ਬਹੁਤ ਜ਼ਿਆਦਾ ਲੱਗੀ, ਜਿਹੜੇ ਮੂਹਰੇ ਬੈਠੇ ਸੀਗੇ ਉਹਨਾਂ ਦੇ ਤਾਂ ਗੋਡਿਆਂ 'ਤੇ ਵੀ ਲੱਗੀ ਹੋਈ ਆ, ਆਹ ਚੀਜ਼ ਮੱਥਾ ਫਟ ਗਿਆ ਹੋਇਆ ਸਾਰੇ ਦੇ। ਫੁੱਟਪਾਥ ਤੇ ਚੜ ਗਿਆ, ਪਲਟਿਆ ਨੀ, ਬਚਾਅ ਹੋ ਗਿਆ ਬਸ ਇੰਨਾ। ਹੁਣ ਠੀਕ ਨੋ?
ਹਾਂਜੀ ਹਾਂਜੀ ਠੀਕ ਆ, ਪੱਟੀਆਂ ਕਰਾਉਣ ਜਾ ਰਹੇ ਆ, ਬੈਠੇ ਤਾਂ ਹੈਗੇ ਉੱਥੇ। ਹਾਂਜੀ ਗੱਡੀ ਆਉਂਦੀ ਸੀਗੀ ਹਰਿਦੁਆਰ ਤੋਂ, ਹਾਂਜੀ ਹਰਿਦੁਆਰ ਤੋਂ ਆਉਂਦੀ ਸੀ, ਅੱਖ ਲੱਗ ਗਈ ਟਰਾਲੀ ਦੇ ਪਿੱਛੇ ਵੱਜੀ ਆ ਕੇ, ਪਿੱਛੇ ਵੱਜਣ ਨਾਲ ਟਰਾਲੀ ਦੂਜੇ ਪਾਸੇ ਚੱਲ ਗਈ, ਟੁੱਟ ਗਿਆ ਟਰਾਲੀ ਉੱਪਰ ਖੜੀ ਹੋਈ ਸੀਗੀ। ਨਹੀਂ ਟਰਾਲੀ ਰੋਡ ਤੇ ਜਾਂਦੀ ਪਈ, ਅੱਛਾ ਜੀ, ਖੜੀ ਨਹੀਂ ਸੀ, ਠੀਕ ਹੈ ਜੀ। ਉਹਦੇ ਪਿੱਛੇ ਵੱਜੀ ਅੱਖ ਲੱਗਣਾ ਹੁਣ ਸੱਤਾ ਪੇ ਬੰਦੇ ਨੂੰ ਥੋੜਾ ਪਤਾ ਖੜੀ ਅੱਖ ਲੱਗੀ ਆ ਜੀ, ਉਹ ਟਰਾਲੀ ਦੂਜੇ ਪਾਸੇ ਚੱਲ ਗਈ ਆ, ਸੱਟਾਂ ਤੋਂ ਬਚਾਅ ਹੋ ਗਿਆ, ਜਾਨੀ ਨੁਕਸਾਨ ਨਹੀਂ ਹੋਇਆ। ਕਿੰਨੇ ਲੋਕ ਜ਼ਖਮੀ ਹੋਏ ਹਲੇ? ਹਜੇ ਗਏ ਹਜੇ ਪਤਾ ਨਹੀਂ ਲੱਗੂਗਾ ਸਵੇਰੇ। ਸਰ ਇਹ ਹੋਇਆ ਕਿਹੜੀ ਜਗ੍ਹਾ ਤੇ ਹਾਦਸਾ? ਇਹ ਮੈਟਰੋ ਤੇ ਲੱਗੀ ਹੋਈ ਮੇਨ ਡਿਊਟੀ ਰੋਡ ਤੇ, ਅੱਛਾ ਜੀ, ਲੁਧਿਆਣਾ ਬਾਈਪਾਸ ਤੇ। ਕਿਹਦਾ ਕਿਹਦਾ ਟਰੈਕਟਰ ਟਰਾਲੀ ਤੇ ਹੋਰ ਕਿਹਦਾ? ਟੈਂਪੂ ਟਰੈਵਲ ਦਾ, ਇੱਕ ਟੈਂਪੂ ਟਰੈਵਲ, ਇੱਕ ਟਰਾਲੀ ਬਸ। ਅੱਛਾ ਜੀ, ਤੇ ਹਰਿਦੁਆਰ ਤੋਂ ਆ ਰਹੇ ਸੀ? ਹਰਿਦੁਆਰ ਤੋਂ ਆਉਂਦੇ ਸੀ ਟੈਂਪੂ ਟਰੈਵਲ ਸਵਾਰੀਆਂ, ਹਰਿਦੁਆਰ ਫੁੱਲ ਪਾ ਕੇ ਆਉਂਦੇ ਸੀ।